ਦੇਖ ਰਹੇ ਹੋ APN ਲਾਈਵ। ਬਲਾਚੌਰ ਦੇ ਪੈਂਦੇ ਪਿੰਡ ਗਹੂਨ ਦੇ ਨਜ਼ਦੀਕ ਹੋਇਆ ਐਕਸੀਡੈਂਟ, ਜਿਸ ਵਿੱਚ ਆਟੋ ਵਾਲੇ ਨੇ ਬਲਾਚੌਰ ਤੋਂ ਦਵਾਈ ਲੈਣ ਜਾ ਰਹੇ ਬਜ਼ੁਰਗ ਜੋੜੇ ਨੂੰ ਸਕੂਟਰੀ 'ਤੇ ਸਵਾਰ ਪਿੱਛੋਂ ਮਾਰ ਦਿੱਤੀ ਟੱਕਰ, ਜਿਸ ਵਿੱਚ ਪਿੰਡ ਗੜਲੂਆਂ ਦੀ ਰਹਿਣ ਵਾਲੀ 60 ਸਾਲਾਂ ਦੀ ਬਜ਼ੁਰਗ ਮਾਤਾ ਦੀ ਮੌਕੇ 'ਤੇ ਹੋਈ ਮੌਤ। ਲੋਕਾਂ ਵੱਲੋਂ ਬਜ਼ੁਰਗ ਨੂੰ ਕਾਫੀ ਸੱਟਾਂ ਲੱਗਣ 'ਤੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਆਟੋ ਚਾਲਕ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਪਿੱਛੋਂ ਆ ਰਹੇ ਬੇਟਾ, ਮੈਨੂੰ ਛੱਡ ਦੇ। ਕੀ ਨਾਮ ਹੈ ਆਪਣਾ? ਮੇਰਾ ਨਵਿੰਦਰ ਕੁਮਾਰ। ਕਿਹੜੇ ਪਿੰਡ ਦੇ ਰਹਿਣ ਵਾਲੇ? ਕਾਠਗੜ੍ਹ ਤੋਂ। ਕਿੱਦਾਂ ਤੁਸੀਂ ਆਟੋ ਕਿੱਦਾਂ ਮਾਰੀ ਹੈ, ਕਿੱਦਾਂ ਵੱਜੀ ਆਟੋ ਤੁਹਾਡੀ? ਆਟੋ ਜਿੱਦਾਂ ਨਾ ਰੇਤਾ ਆ ਗਿਆ ਸੀਗਾ ਮੋਹਰੇ, ਇਹਨੇ ਥੋੜ੍ਹਾ ਜਿਹਾ ਹਲਕਾ ਜਿਹਾ ਕੱਟਿਆ ਇੱਧਰ ਨੂੰ, ਅਤੇ ਮੇਰੇ ਸਾਈਡ 'ਚ ਇੱਧਰ ਗੱਡੀ ਸੀਗੀ, ਫਿਰ ਮੈਂ ਪਹੁੰਚਾਉਂਦੇ ਪਹੁੰਚਾਉਂਦੇ ਪਏ ਐਂਡ, ਜਿਹੜਾ ਐਂਡ ਵਾਲਾ ਹਿੱਸਾ ਹੁੰਦਾ ਉਹ ਲੱਗਿਆ। ਤੁਹਾਨੂੰ ਪਤਾ ਕਿਵੇਂ ਮਾਤਾ ਜੀ ਦੀ ਡੈਥ ਹੋ ਚੁੱਕੀ ਹੈ? ਲਾਇਸੈਂਸ ਵਗੈਰਾ ਹੈ ਤੁਹਾਡੇ ਕੋਲ? ਕਿੰਨਾ ਚਿਰ ਹੋ ਗਿਆ ਡਰਾਈਵਰੀ ਕਰਦੇ ਉਹਨੂੰ? ਫਿਰ ਅੱਜ ਕਿੱਦਾਂ ਤੁਹਾਡੇ ਕੋਲ ਵੱਜ ਗਈ ਗੱਡੀ? ਬਾਬਾ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੰਪੂਰਨ ਸਿੰਘ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਮੈਂ ਗੜਲੂਆਂ ਦਾ ਜੀ। ਕੀ ਗੱਲ ਹੋਈ ਹੈ? ਗੱਲ ਇਹ ਹੈ, ਮੈਂ ਆਪਣੇ ਰਸਤੇ 'ਚ ਤੁਰਿਓ ਤਾਂ ਇਹ ਪਿੱਛੋਂ ਆਇਆ, 100 ਦੀ ਸਪੀਡ 'ਚ ਆਇਆ, ਹੁਣ ਕਹਿੰਦਾ ਮੇਰੀ ਬ੍ਰੇਕ ਨਹੀਂ ਲੱਗੀ, ਸਾਡੇ ਘਰ ਵਾਲੀ ਜਿਹੜੀ ਆ ਮੇਰੇ ਪਿੱਛੇ ਬੈਠੀ ਸੀ। ਤੁਸੀਂ ਕਿੱਥੇ ਨੂੰ ਜਾ ਰਹੇ ਸੀ, ਕਿੱਥੋਂ ਆਉਂਦੇ? ਦਵਾਈ ਲੈਣੀ ਸੀ ਸੂਰੀ ਤੋਂ। ਬਲਾਚੌਰ ਤੋਂ ਜੀ? ਹਾਂਜੀ। ਤੁਸੀਂ ਕਿੱਥੇ ਕਿੱਧਰੋਂ ਆਉਂਦੇ ਸੀਗੇ? ਅਸੀਂ ਗਹੂਣ ਰੋਡ ਤੋਂ ਆਉਂਦੇ ਸੀ, ਇਹ ਵੀ ਗਹੂਣ ਰੋਡ ਤੋਂ ਪਿੱਛੋਂ ਆਉਂਦੇ ਸੀ। ਤੁਸੀਂ ਕਾਹਦੇ ਪਰ ਸੀਗੇ ਜੀ? ਅਸੀਂ ਸਕੂਟੀ, ਆਪਣੀ ਸਕੂਟੀ ਦੀ। ਅੱਛਾ, ਸਕੂਟੀ 'ਤੇ ਸੀਗੇ ਜੀ? ਹਾਂਜੀ। ਕੀ ਹੋਇਆ ਹੁਣ ਦੱਸੋ ਜੀ। ਸਕੂਟਰੀ ਇੱਦਾਂ ਵੀ ਜਾਣੀ ਕਿ ਅਸੀਂ ਆਪਣੇ ਧਿਆਨ ਤੁਰੇ ਉਹਦੇ ਜੀ, ਇਹ ਪਿੱਛੋਂ ਬੜੀ ਸਪੀਡ ਦੇ ਵਿੱਚ ਆਇਆ ਜੀ, ਸਕੂਟੀ ਸਾਡੇ ਗੱਭੇ ਮਾਰੀ ਇਹਨੇ ਜੀ, ਮਾਰ ਕੇ ਪਿੱਛੇ ਸਕੂਟੀ ਦੇ, ਘਰ ਵਾਲੀ ਤਾਂ ਮੇਰੇ ਮੂਹਰੇ ਡਿੱਗੀ ਆ ਕੇ ਜੀ, ਸਿਰ ਦੇ ਭਾਰ ਜੀ, ਮੇਰੇ ਵੀ ਆਹ ਕੂਹੀਆਂ ਸਾਰੀਆਂ ਟੁੱਟ ਗਈਆਂ ਸੀਗੀਆਂ ਜੀ, ਆ ਜਿਹੜਾ ਇੱਧਰ ਵੀ ਗੋਡਾ ਵੀ ਟੁੱਟ ਗਿਆ ਮੇਰਾ ਜੀ। ਹੁਣ ਤੁਸੀਂ ਕੀ ਮੰਗ ਕਰਦੇ ਆ? ਮੰਗ ਕਿਆ ਕਰਦੇ ਆ? ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਰ ਇਹਨਾਂ ਤੇ, ਜੋ ਵੀ ਆ ਅੰਨੇ ਬਾਅਦ ਸਕੂਟਰੀਆਂ ਚਲਾਉਂਦੇ, ਮੋਟਰਸਾਈਕਲ ਚਲਾਉਂਦੇ, ਬੰਦਾ ਇੱਕ ਬੰਦਾ ਜਾ ਰਿਹਾ ਰਸਤੇ 'ਚ ਜੀ, ਤੁਸੀਂ ਆਰਾਮ ਨਾਲ ਚਲਾ ਲਓ ਥੋੜ੍ਹਾ ਜਿਹਾ, ਪਿੱਛੋਂ ਬਿਲਕੁਲ ਮਾਰੀ ਇਹਨਾਂ ਨੇ ਜੀ, ਮਾਰ ਕੇ ਜੋ ਪਿਛਲੇ ਸੀਟ ਤੋਂ ਉੱਭੜ ਕੇ ਅੱਗੇ ਅੱਗੇ ਡਿੱਗੇ ਪੱਕੀ ਸੜਕ 'ਤੇ ਜੀ, ਤਾਂ ਹੀ ਉਹਨਾਂ ਦੇ ਸੱਟ ਲੱਗੀ ਸਿਰ 'ਤੇ, ਤਾਂ ਹੀ ਖਤਮ ਹੋ ਗਈ। ਜਿਹੜਾ ਆਟੋ ਡਰਾਈਵਰ ਹੈ ਤੁਹਾਡੇ, ਤੁਸੀਂ ਰਿਆਸਤ ਵਿੱਚ ਲੈ ਲਿਆ ਜਾਂ ਫਰਾਰ ਹੋ ਗਿਆ? ਵਾਲਾ ਫੜ ਲਿਆ ਸੀ ਜੀ, ਸਾਡੇ ਕੋਲੇ ਇੱਥੇ। ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ? ਅਸੀਂ ਮੰਗ ਕਰਦੇ ਵੀ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸਾਨੂੰ ਇਨਸਾਫ ਤੋਂ ਆ ਜਾਵੇ। ਇਤਲਾਹ ਦਿੱਤੀ ਥਾਣੇ ਦੇ ਵਿੱਚ? ਹਾਂ, ਇਤਲਾਹ ਦਿੱਤੀ ਹੈ। ਕੀ ਕਹਿੰਦੇ ਥਾਣੇ ਵਾਲੇ? ਥਾਣੇ ਵਾਲੇ ਕਹਿੰਦੇ ਅਸੀਂ ਆ ਰਹੇ ਹਾਂ ਜੀ, ਤੁਸੀਂ ਰੁਕੋ। ਜਿਨ੍ਹਾਂ ਦੀ ਡੈਥ ਹੋਈ ਆ ਉਹ ਕੌਣ ਸੀ, ਕਿੰਨੀ ਕੁ?
ਉਮਰ ਦੇ ਸੀਗੇ? ਸਾਡੀ ਚਾਚੀ ਜੀ ਆ ਸਾਡੀ, ਮੇਰੇ ਖਿਆਲ ਉਮਰ ਲਗਭਗ 60 ਸਾਲ ਦੀ ਉਹਨਾਂ ਦੀ ਉਮਰ। 60 ਸਾਲ ਦੀ ਜੀ? ਹਾਂਜੀ, ਮਿਹਰਬਾਨੀ।